ਸਤਿਕਾਲ ਦੋਸਤੋ, ਅੱਜ ਸਾਰੀ ਟੀਮ ਇਕੱਠੀ ਹੋਈ ਹੈ, ਥ੍ਰੀ ਬ੍ਰਦਰਸ ਅਤੇ ਕੀ ਨਾਮ ਤੁਹਾਡਾ? ਗੋਰਾ ਰਾਗੋਕੇ। ਗੋਰਾ ਰਾਗੋਕੇ, ਇਹਨਾਂ ਨੂੰ ਆਪਾਂ ਇਹਨਾਂ ਦੀ ਵੀਡੀਓ ਦੇ ਵਿੱਚ ਦੇਖਦੇ ਹਾਂ ਅਤੇ ਸਾਹਮਣੇ ਸਾਡੇ ਮਠਿਆਈ ਦਾ ਡੱਬਾ ਪਿਆ ਅਤੇ ਨਾਲ ਇੱਕ ਕਾਲਾ ਜਿਹਾ ਪੈਕਟ ਪਿਆ। ਇਹ ਕੀ ਚੀਜ਼ ਹੈ, ਇਹ ਡਿਟੇਲ ਦੱਸਣਗੇ ਸ਼ੁਗਲੀ ਮੈਂ ਅਤੇ ਜੁਗਲੀ ਜੀ। ਖੁਸ਼ਖਬਰੀ ਹੈ ਜੀ, ਬੜੀ ਵਧੀਆ ਖੁਸ਼ਖਬਰੀ ਹੈ। ਚਾਚਾ ਬਿਸ਼ਨਾ ਚੈਨਲ ਜਿਹੜਾ ਤੁਸੀਂ ਕਰੋੜਾਂ ਬੰਦਿਆਂ ਨੇ ਜਿਨ੍ਹਾਂ ਨੇ ਲਾਈਕ ਕੀਤਾ, ਜਿਹੜੇ ਤੁਸੀਂ ਵੀਡੀਓ ਦੇਖਦੇ ਹੋ, ਅੱਜ ਉਹਨਾਂ ਨੂੰ ਇੱਕ ਯੂਟਿਊਬ ਵੱਲੋਂ ਅਵਾਰਡ ਮਿਲਿਆ, ਸਿਲਵਰ ਪਲੇਟ ਅਵਾਰਡ ਮਿਲੀ ਹੈ। ਵੀਰਾ ਸ਼ਰਾਬੀ ਸਾਡੇ ਨਾਲ, ਗੱਬਰ ਹੈ, ਤਿੰਨਾਂ ਭਰਾਵਾਂ ਨੇ ਜੋ ਮਿਹਨਤ ਕੀਤੀ ਹੈ, ਉਹਦਾ ਇੱਕ ਅਵਾਰਡ ਹੈ ਅਤੇ ਆਪਾਂ ਇਹਨੂੰ ਖੋਲ੍ਹ ਕੇ ਅੱਜ ਇੱਕ ਤੁਹਾਡੇ ਕੋਲੋਂ ਵਧਾਈ ਲੈਣੀ ਹੈ ਅਤੇ ਇਹਨਾਂ ਨੂੰ ਵਧਾਈ ਦੇਣੀ ਹੈ ਜੀ। ਬਹੁਤ ਬਹੁਤ ਮੁਬਾਰਕ। ਦੁਆ ਕਰਦੇ ਹਾਂ ਇਹਨਾਂ ਨੂੰ ਜਿਹੜੀ ਗੋਲਡਨ ਪਲੇਟ ਹੈ ਬੜੀ ਜਲਦੀ ਮਿਲੇ, ਤਾਂ ਜੋ ਫਿਰ ਇਸ ਸਟੂਡੀਓ 'ਚ ਆਉਣ ਅਤੇ ਆਪਾਂ ਫਿਰ ਇੱਕ ਹੋਰ ਉਦਘਾਟਨ ਕਰੀਏ। ਪਰਮਾਤਮਾ ਇਹਨਾਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਅਤੇ ਆਓ ਅਸੀਂ ਖੋਲ੍ਹਦੇ ਹਾਂ ਜੀ। ਔਰ ਮੈਂ ਦੱਸਦਾ ਜੀ, ਸਭ ਤੋਂ ਪਹਿਲਾਂ ਮੈਨੂੰ ਬੜੀ ਖੁਸ਼ੀ ਹੈ ਕਿਉਂਕਿ ਤੁਹਾਡਾ ਇੰਨਾ ਪਿਆਰ, ਤੁਸੀਂ ਸਾਡੀਆਂ ਸਕਿੱਟਾਂ ਦੇਖ ਕੇ ਸਾਡੇ ਚੈਨਲ ਨੂੰ 2.5 ਲੱਖ ਸਬਸਕ੍ਰਾਈਬਰ 'ਤੇ ਪਹੁੰਚਾਤਾ, ਔਰ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਕਰਦਾ, ਸਾਰੇ ਸਰੋਤਿਆਂ ਦਾ, ਮੇਰਾ ਵੀਰ ਵੱਡਾ ਗੋਰਾ, ਬੀਰਾ ਸ਼ਰਾਬੀ, ਜਗਜੀਤ ਗੱਬਰ ਛੋਟਾ ਮੇਰੇ ਤੋਂ, ਔਰ ਸਾਡੇ ਸ਼ੁਗਲੀ ਜੁਗਲੀ ਜੀ, ਗੁਰਪ੍ਰੀਤ ਭਾਅ ਜੀ ਅਤੇ ਪ੍ਰਭਪ੍ਰੀਤ ਭਾਅ ਜੀ, ਜਿਹੜੇ ਸਾਡੇ ਪਿਤਾ ਸਮਾਨ ਨੇ ਔਰ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਚੰਗਾ ਗਾਈਡ ਕੀਤਾ, ਔਰ ਗੋਰਾ ਨਾਗੋਕੇ ਜਿਹੜਾ ਹਮੇਸ਼ਾ ਸਾਡਾ ਸਾਥ ਦਿੰਦਾ ਰਹਿੰਦਾ, ਔਰ ਜਿੰਨੇ ਵੀ ਸਾਡੇ ਕਲਾਕਾਰ ਭਰਾ ਨੇ ਜਿੱਦਾਂ ਸੁਰਿੰਦਰ ਫਿਸ਼ਤਾ ਜੀ, ਗੁੱਲੇ ਸ਼ਾਹ ਭਾਅ ਜੀ, ਚਾਹੇ ਜਿਹੜੇ ਨਹੀਂ ਸਾਡੇ 'ਚ ਰਹੇ, ਹੌਲਦਾਰ ਸ਼ਿਵਾਰਾ ਜੀ, ਤੇਜਿੰਦਰ ਬੱਬੂ ਜੀ, ਜਿਨ੍ਹਾਂ ਦਾ ਐਸਾ ਮਿਹਰ ਭਰਿਆ ਹੱਥ, ਅਤੇ ਸਾਡੇ ਉਸਤਾਦ ਜੀ ਸੰਤਾ ਬੰਤਾ ਭਾਅ ਜੀ, ਜਿਨ੍ਹਾਂ ਨੂੰ ਆਪਾਂ ਸ਼ੁਗਲੀ ਜੁਗਲੀ ਕਹਿੰਦੇ ਹਾਂ, ਅਤੇ ਇਹਨਾਂ ਦਾ ਐਸਾ ਪਿਆਰ ਅਤੇ ਉਹ ਪਿਆਰ ਦੇ ਸਦਕੇ ਸਾਨੂੰ ਇਹ ਜਿਹੜੀ ਯੂਟਿਊਬ ਵੱਲੋਂ ਇਹ ਅਵਾਰਡ ਜਿਹੜਾ ਮਿਲਿਆ, ਮੈਂ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਕਰਦਾ ਜੀ। ਸੋ ਆਪਣੀ ਟੀਮ ਚਾਚਾ ਬਿਸ਼ਨਾ, ਹਾਂ ਚਾਚਾ ਬਿਸ਼ਨਾ ਕਮੇਡੀ ਟੀਮ ਦੇ ਵਿੱਚ ਤੁਹਾਨੂੰ ਸਾਰੇ ਕਲਾਕਾਰ ਜਿੰਨੇ ਵੀ ਵੇਖਣ ਨੂੰ ਮਿਲਦੇ ਆ, ਉਹਨਾਂ ਸਾਰਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਉਹ ਸਾਰੇ ਕਹਿ ਰਹੇ ਸੀ, ਬਲਦੇਵ ਅਤਰੋ ਜੀ, ਸਰਿਆਲੀ ਵਾਲੇ, ਕਾਂਸ਼ੀ ਰਾਮ ਚੰਨ ਜੀ, ਸਾਬੀ ਅਟਵਾਲ ਜੀ, ਡੌਨ ਅਮਲੀ ਜੀ, ਗੋਰਾ ਨਾਗੋਕੇ ਜੀ, ਜਿੰਨੇ ਵੀ ਸਾਡੇ ਟੀਮ ਵਰਕ ਨੇ, ਜਿੰਨੇ ਮੈਂਬਰ ਸਾਹਿਬਾਨ ਨੇ, ਦਿਆਲਾ ਦਿਆਲਾ ਜੀ, ਜਿੰਨੇ ਵੀ ਬਲਜੀਤ ਭਾਅ ਜੀ, ਜਿੰਨੇ ਵੀ ਸਾਡੇ ਆਰਟਿਸਟ ਨੇ, ਉਹਨਾਂ ਸਾਰਿਆਂ ਵੱਲੋਂ ਇਹੀ ਮੈਸੇਜ ਆ, ਉਹ ਸਾਰੇ ਇਹੀ ਕਹਿ ਰਹੇ ਕਿ ਸਰੋਤਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੀਆਂ ਸਕਿੱਟਾਂ ਪਸੰਦ ਕੀਤੀਆਂ। ਚਲੋ ਜੀ, ਕੋਈ ਤਾੜੀਆਂ ਦੇ ਨਾਲ ਯੂਟਿਊਬ ਵੱਲੋਂ ਜੀ ਇੱਕ ਜਿਹੜਾ ਸਰਟੀਫਿਕੇਟ ਇਹਨਾਂ ਵਾਸਤੇ, ਸਾਰੀ ਟੀਮ ਵਾਸਤੇ, ਇਹ ਉੱਤੇ ਲਿਖਿਆ ਚਾਚਾ ਬਿਸ਼ਨਾ ਟੀਵੀ ਚੈਨਲ। ਆ ਜਾਓ ਜੀ ਜੁਗੜੀ ਜੀ, ਇੱਧਰ ਆਜੋ, ਤੁਸੀਂ ਸਾਰੇ ਇੱਧਰ ਆਜੋ ਜੀ। ਸੋ ਥੈਂਕ ਯੂ ਜੀ, ਬਹੁਤ ਬਹੁਤ ਮੁਬਾਰਕਾਂ ਜੀ, ਅਤੇ ਵੀਰਾ ਜੀ ਖੋਲ੍ਹੋ, ਮੂੰਹ ਮਿੱਠਾ ਕਰੀਏ। ਥੈਂਕ ਯੂ ਸਰ, ਥੈਂਕ ਯੂ, ਰੱਖ ਲਓ ਜੀ। ਔਰ ਇਹ ਜੀ ਸਰਟੀਫਿਕੇਟ, ਔਰ ਜਿਹੜਾ ਸਾਨੂੰ ਮਿਲਿਆ ਯੂਟਿਊਬ ਵੱਲੋਂ, ਔਰ ਇਹ ਜੋ ਵੀ ਅਵਾਰਡ ਹੈ, ਇਹ ਅਵਾਰਡ ਸਾਡਾ ਨਹੀਂ, ਇਹ ਅਵਾਰਡ ਤੁਹਾਡਾ ਹੈ, ਕਿਉਂਕਿ ਤੁਸੀਂ ਸਾਡੀ ਝੋਲੀ ਪਾਇਆ। ਅਤੇ ਦੋਸਤੋ ਇੱਦਾਂ ਹੀ ਪਿਆਰ ਕਰਦੇ ਰਹੋ, ਸਿਲਵਰ ਅਵਾਰਡ, ਉਸ ਤੋਂ ਬਾਅਦ ਗੋਲਡ ਅਵਾਰਡ, ਉਸ ਤੋਂ ਬਾਅਦ ਡਾਇਮੰਡ ਅਵਾਰਡ। ਸੋ ਇਹ ਅਵਾਰਡ ਜਿਹੜੇ ਤੁਹਾਡੇ ਵੱਲੋਂ, ਜਿਹੜਾ ਸਰੋਤਿਆਂ ਵੱਲੋਂ ਸਾਡੀ ਝੋਲੀ ਪਿਆ, ਥੈਂਕ ਯੂ। ਦੋਸਤੋ ਜਦੋਂ 1 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਹੋ ਜਾਂਦੇ ਨੇ ਅਤੇ ਤਾਂ ਇਹ ਪਲੇਟ ਹਾਸਲ ਹੁੰਦੀ ਹੈ। ਇਹਨਾਂ ਦੇ ਸਬਸਕ੍ਰਾਈਬਰ 2 ਲੱਖ ਤੋਂ ਵੀ ਵੱਧ ਹੋ ਚੁੱਕੇ ਨੇ, ਪਰ ਇਹਨਾਂ ਨੇ ਹਾਲੇ ਆਪਣੇ ਆਪ ਨੂੰ ਕਾਬਲ ਨਹੀਂ ਸਮਝਿਆ ਸੀ ਕਿ ਇਹਨਾਂ ਲੇਟ ਅਪਲਾਈ ਕੀਤਾ, ਅਤੇ ਹੁਣ ਅਗਲੀ ਪਲੇਟ ਦਾ ਬਹੁਤ ਜਲਦੀ ਆਉਣ ਦੇ ਪੂਰੇ ਚਾਂਸ। ਇੱਕ ਵਾਰੀ ਫਿਰ ਆਪਾਂ ਪਲੇਟ ਦਿਖਾਉਂਦੇ ਹਾਂ ਤੁਹਾਨੂੰ, ਅਤੇ ਗੱਬਰ ਜੀ ਤੁਸੀਂ ਦੱਸੋ, ਤੁਸੀਂ ਕਹਿਣਾ ਚਾਹੋ? ਬਸ ਜੀ ਇਹ ਸਰਤੇ ਦਾ ਸੰਯੋਗ ਹੈ, ਜਿਹੜੇ ਅੱਛੇ ਅੱਛੇ ਕਮੈਂਟ ਕਰਦੇ ਆ ਜੀ, ਜਿਹੜੇ ਪਸੰਦ ਕਰਦੇ ਆ ਜੀ, ਕਈ ਤਾਂ ਵਿੱਚ ਇਹੋ ਜਿਹੇ ਕਮੈਂਟ ਕਰਦੇ ਆ ਜੀ, ਹਾਸਾ ਆਉਂਦਾ ਵਾ, ਜਿੱਦਾਂ ਵੀਰਾ ਸ਼ਰਾਬੀ ਅਤੇ ਚਾਚੇ ਬਿਸ਼ਨੇ ਨੂੰ ਟੌਮ ਜੈਰੀ ਕਹਿ ਕੇ, ਹਾਂ ਜੀ, ਬੜਾ ਪਿਆਰ, ਕਿਉਂਕਿ ਕਹਿੰਦੇ ਜਦੋਂ ਤੁਸੀਂ ਸਕਿੱਟ ਕਰਦੇ ਹੋ ਆਪਸ 'ਚ ਇੰਨਾ ਲੜਦੇ ਹੋ ਨਾ, ਤੁਸੀਂ ਟੌਮ ਜੈਰੀ ਵਾਂਗੂ ਹੋ। ਅਤੇ ਇਹ ਸਾਨੂੰ ਬੜਾ ਵਧੀਆ ਖਿਤਾਬ ਦਿੱਤਾ, ਸਾਡੇ MB ਕੋਈ ਨੰਬਰ ਹੈ ਯੂਟਿਊਬ ਦੇ ਥੱਲੇ, ਉਹ ਸਾਨੂੰ ਹਮੇਸ਼ਾ ਉਹ ਕਮੈਂਟ ਕਰਦਾ, ਔਰ ਬੜੇ ਅੱਛੇ ਕਮੈਂਟ ਆਉਂਦੇ ਆ ਸਾਡੇ ਚੜ੍ਹਦੇ ਪੰਜਾਬ ਤੋਂ ਵੀ, ਲਹਿੰਦੇ ਪੰਜਾਬ ਤੋਂ ਵੀ, ਬਾਹਰਲੇ ਮੁਲਕਾਂ ਤੋਂ ਵੀ, ਕੈਨੇਡਾ, ਅਮੈਰੀਕਾ, ਇੰਗਲੈਂਡ, ਜਿਹੜੀ ਜਿਹੜੀ ਕੰਟਰੀਆਂ ਸਾਡੇ ਪੰਜਾਬੀ ਭਰਾ ਨੇ, ਉਹ ਸਾਰੇ ਬਹੁਤ ਜ਼ਿਆਦਾ ਪਿਆਰ ਕਰਦੇ ਆ। ਸੋ ਦੋਸਤੋ ਇਸੇ ਪਿਆਰ ਦੇ ਅਸੀਂ ਕਰਜਾਈਏ ਤੁਹਾਡੇ, ਸੋ ਇਹ ਪਿਆਰ ਇੱਦਾਂ ਬਰਕਰਾਰ ਰੱਖਿਓ। ਔਰ ਭਾਅ ਜੀ ਉਹਨਾਂ ਦਾ ਬਹੁਤ ਬਹੁਤ ਥੈਂਕਸ, ਜਿਨ੍ਹਾਂ ਨੇ, ਜਿਨ੍ਹਾਂ ਦੀ ਬਦੌਲਤ ਹੀ ਇਹ ਝੋਲੀ ਪਿਆ, ਕਿਉਂਕਿ ਚਾਚਾ ਬਿਸ਼ਨਾ ਅੱਜ ਜੋ ਵੀ ਆ, ਇਹ ਸਾਰਾ ਭਾਅ ਜੀ ਹੁਣਾਂ ਦੀ ਬਦੌਲਤ ਆ, ਪ੍ਰਭਪ੍ਰੀਤ ਭਾਅ ਜੀ, ਗੁਰਪ੍ਰੀਤ ਭਾਅ ਜੀ, ਔਰ ਘੁੱਲੇ ਸ਼ਾਹ ਭਾਅ ਜੀ, ਕਾਸ਼ੀ ਰਾਮ ਚੰਨ ਜੀ, ਬਲਦੇਵ ਅਤਰੋ ਜੀ, ਔਰ ਹੌਲਦਾਰ ਸ਼ਿਵਾਰਾ ਜੀ, ਜੋ ਵੀ ਆ, ਅੱਜ ਉਹਨਾਂ ਦੀ ਬਦੌਲਤ ਆ। ਥੈਂਕ ਯੂ ਸੋ ਮਚ ਜੀ, ਬੀਰੇ ਵਾਲੀ ਆਵਾਜ਼ ਕੱਢ ਦੇਣਾ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੱਢ ਦੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਵੀਰ ਭੀਰਾ ਸ਼ਰਾਬੀ, ਮੈਨੂੰ ਪਤਾ ਮੈਂ ਡੱਬਾ ਖੋਲਣਾ ਵਿੱਚੋਂ, ਮੈਂ ਸਮਝਿਆ ਕੋਈ ਬੋਤਲ ਬਾਤਲ ਨਿਕਲੂਗੀ, ਪਰ ਅਵਾਰਡ ਹੀ ਨਿਕਲਿਆ। ਹਾਂਜੀ ਭੇਜਣੀ ਚਾਹੀਦੀ, ਉਹਨਾਂ ਨੂੰ ਪਤਾ ਨੀਗਾ ਕਿ ਪੰਜਾਬ ਵਿੱਚ ਬੋਤਲ ਚੱਲਦੀ ਹੈ। ਸੋ ਲਵ ਯੂ, ਥੈਂਕ ਯੂ, ਥੈਂਕ ਯੂ ਸੋ ਮਚ।